किसान भरावो, मैं जोगिंदर सिंह उगराहां, सूबा प्रधान भारतीय किसान एकता उगराहां। साडे पिंडां दे विच मजदूरां नूं ते छोटे किसानां नूं जिन्हां ने तूड़ी मुल लैणी है उन्हां वास्ते एक सवाल खड़ा हो गया कि इन्नी महंगी तूड़ी खरीद के पशुआं नूं किवें पावांगे। ये सचमुच ही तुहाडा ठीक सवाल है ते तुहाडी ठीक समस्या है। ਅਤੇ ਜਦੋਂ ਇਸ ਗੱਲ ਦਾ ਜ਼ਿਕਰ ਆਉਂਦਾ ਹੈ, ਬਹੁਤ ਸਾਰੇ ਮਜ਼ਦੂਰ ਕਿਸਾਨ ਸਾਡੇ ਜਿਹੜੇ ਤੂੜੀ ਖਰੀਦਦੇ ਨੇ, ਉਹ ਇਹ ਤੂੜੀ ਦਾ ਮਹਿੰਗਾ ਹੋਣ ਦਾ ਕਾਰਨ ਆ ਜਿਹੜਾ, ਉਹ ਕਿਸਾਨਾਂ ਸਿਰ ਭਾਂਡਾ ਭੰਨਦੇ ਆ ਵੀ ਕਿਸਾਨਾਂ ਨੇ ਤੂੜੀ ਮਹਿੰਗੀ ਕਰਤੀ। ਅਸਲ ਵਿੱਚ ਅੱਜ ਤੱਕ ਦੁਨੀਆ ਦੀ ਇਹ ਉਦਾਹਰਨ ਹੈ ਕਿ ਕੋਈ ਵੀ ਚੀਜ਼ ਮਹਿੰਗੀ ਜਾਂ ਸਸਤੀ, ਇਹ ਉਤਪਾਦਨ ਕਰਨ ਵਾਲੇ ਦੇ ਸਿਰ 'ਤੇ ਨਹੀਂ ਹੁੰਦੀ, ਇਹ ਕਾਰਪੋਰੇਟ ਘਰਾਣਿਆਂ ਦੀ ਮਰਜ਼ੀ ਨਾਲ ਹੁੰਦੀ ਹੈ। ਜਦੋਂ ਅਸੀਂ ਤੁਹਾਨੂੰ ਕਹਿੰਦੇ ਹੁੰਦੇ ਸੀ ਵੀ ਕੋਲੇ ਦੀਆਂ ਖਾਣਾਂ ਮੋਦੀ ਨੇ ਪ੍ਰਾਈਵੇਟ ਸੈਕਟਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਤੀਆਂ, ਉਦੋਂ ਤੁਸੀਂ ਇਹ ਕਹਿੰਦੇ ਹੁੰਦੇ ਵੀ ਕੋਲੇ ਦੀਆਂ ਖਾਣਾਂ ਕਾਰਪੋਰੇਟ ਨੇ, ਮੋਦੀ ਨੇ ਅਡਾਨੀ ਅਡਵਾਨੀਆਂ ਨੂੰ ਦਿੱਤੀਆਂ ਨੇ, ਸਾਡਾ ਇਹਦੇ ਨਾਲ ਇਸ ਲੜਾਈ ਨਾਲ ਕੀ ਵਾਹ ਵਾਸਤਾ। ਯਾਨੀ ਜਿਹੜੀ ਤੂੜੀ ਮਹਿੰਗੀ ਹੋਣ ਦਾ ਕਾਰਨ ਹੈ, ਉਹਨੇ ਕੋਲੇ ਦੀਆਂ ਖਾਣਾਂ ਦਾ ਪ੍ਰਾਈਵੇਟ ਹੋਣਾ, ਇਹ ਗੱਲ ਤੁਸੀਂ ਮੰਨਣ ਨੂੰ ਤਿਆਰ ਨਹੀਂ ਵੀ ਜੇ ਕੋਲੇ ਦੀਆਂ ਖਾਣਾਂ ਪ੍ਰਾਈਵੇਟ ਹੋਈਆਂ ਨੇ ਤਾਂ ਤੂੜੀ ਮਹਿੰਗੀ ਹੋਈ ਆ। ਇਹਦਾ ਮਤਲਬ ਇਹ ਵੀ ਬਾਲਣ ਦੇ ਵਾਸਤੇ ਇੰਡਸਟਰੀਆਂ ਨੂੰ ਤੂੜੀ ਸਸਤੀ ਪੈਂਦੀ ਹੈ, ਉਹ ਤੂੜੀ ਸਸਤੀ ਮਹਿੰਗੇ ਭਾਅ ਲਾ ਕੇ ਖਰੀਦ ਰਹੀਆਂ ਨੇ। ਇਸ ਕਰਕੇ ਖੇਤਾਂ ਦੇ ਵਿੱਚੋਂ ਪੈਦਾ ਹੋਣ ਵਾਲੀ ਤੂੜੀ ਉਹ ਪੈਦਾ ਹੋਣ ਸਾਰ ਫੈਕਟਰੀਆਂ ਵਿੱਚ ਜਾ ਰਹੀ ਹੈ ਮਹਿੰਗੇ ਭਾਅ, ਅਤੇ ਮਜ਼ਦੂਰਾਂ ਨੂੰ ਤੂੜੀ ਮਹਿੰਗੀ ਲੈਣੀ ਪੈ ਰਹੀ ਹੈ, ਜਿਨ੍ਹਾਂ ਕਿਸਾਨਾਂ ਕੋਲ ਤੂੜੀ ਨੇ ਉਹਨਾਂ ਨੂੰ ਮਹਿੰਗੀ ਲੈਣੀ ਪੈ ਰਹੀ ਹੈ। ਇਹ ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਆ ਵੀ ਸਾਡੀ ਤੂੜੀ ਮਹਿੰਗੀ ਹੋ ਰਹੀ ਆ, ਫਾਇਦਾ ਉਹਨਾਂ ਨੂੰ ਵੀ ਨਹੀਂ ਹੋਣਾ ਕਿਉਂਕਿ ਉਹਨਾਂ ਨੂੰ ਪਤਾ ਵੀ ਕੋਲਾ ਹੈ ਨਹੀਂ, ਕੋਲਾ ਕਾਰਪੋਰੇਟ ਕੰਪਨੀਆਂ ਦੇ ਅੰਡਰ ਹੈ, ਕੋਲਾ ਮਹਿੰਗਾ ਦੇਣਾ ਹੈ, ਕੋਲਾ ਮਹਿੰਗਾ ਹੋਊਗਾ ਬਿਜਲੀ ਮਹਿੰਗੀ ਹੋਊ, ਕੋਲਾ ਮਹਿੰਗਾ ਹੋਊ ਕੱਪੜਾ ਮਹਿੰਗਾ ਹੋਊ, ਕੋਲਾ ਮਹਿੰਗਾ ਹੋਊ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਪੱਕ ਕੇ ਮਾਰਕੀਟ 'ਚ ਆਉਂਦੀਆਂ ਨੇ ਸਾਰੀਆਂ ਮਹਿੰਗੀਆਂ ਹੋਣਗੀਆਂ। ਯਾਨੀ ਕੋਲੇ ਨੇ ਇਕੱਲੀ ਤੂੜੀ ਮਹਿੰਗੀ ਨਹੀਂ ਕੀਤੀ, ਜਿੰਨੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਉਹ ਸਾਰੀਆਂ ਮਹਿੰਗੀਆਂ ਹੋਣੀਆਂ ਨੇ। ਇਸ ਕਰਕੇ ਇਹ ਲੜਾਈ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਹੈ, ਇਹ ਲੜਾਈ ਕਿਸਾਨਾਂ ਮਜ਼ਦੂਰਾਂ ਦੀ ਰਲ ਕੇ ਕਾਰਪੋਰੇਟ ਘਰਾਣੇ ਦੇ ਖਿਲਾਫ਼ ਲੜਾਈ ਬਣਦੀ ਹੈ। ਵੈਸੇ ਅਸੀਂ ਬੇਨਤੀ ਕਰ ਸਕਦੇ ਹਾਂ ਕਿਉਂਕਿ ਮੈਂ ਕਿਸਾਨ ਜਥੇਬੰਦੀ ਦਾ ਨੁਮਾਇੰਦਾ, ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਮਜ਼ਦੂਰਾਂ ਦੇ ਨਾਲ ਜਿੰਨੀ ਰਿਆਇਤੀ ਰੇਟ 'ਤੇ ਤੁਸੀਂ ਤੂੜੀ ਦੇ ਸਕਦੇ ਹੋ ਉਹਨਾਂ ਨੂੰ ਇਸ ਗੱਲ ਦੀ ਮਦਦ ਕਰੋ। ਅਤੇ ਮਜ਼ਦੂਰਾਂ ਨੂੰ ਇਹ ਬੇਨਤੀ ਹੈ ਵੀ ਤੂੜੀ ਮਹਿੰਗੀ ਦਾ ਭਾਂਡਾ ਤੁਸੀਂ ਕਿਸਾਨਾਂ ਸਿਰ ਨਾ ਭੰਨੋ। ਪਿਛਲੇ ਸਾਲ ਇਹੀ ਟਰਾਲੀ ਤੂੜੀ ਦੀ 1500 ਨੂੰ ਕਿਸੇ ਨੇ ਚੱਕੀ ਨਹੀਂ, ਜੇ ਇਹ ਤੂੜੀ ਫੂਕੀ ਨਾ ਜਾਵੇ, ਇਹ ਤੂੜੀ ਪਹਿਲਾਂ ਪਿੰਡਾਂ ਦੇ ਵਿੱਚ ਮੁਫ਼ਤੀ ਚੱਕ ਕੇ ਲੈ ਕੇ ਆਉਂਦੇ ਹੁੰਦੇ ਸੀ ਤੁਸੀਂ। ਇਹ ਸਾਰਾ ਜੋ ਕੁਛ ਹੋਇਆ ਵਰਤਾਰਾ ਵਾਪਰ ਰਿਹਾ ਮਹਿੰਗਾਈ ਦਾ, ਇਹ ਕਾਰਪੋਰੇਟ ਘਰਾਣਿਆਂ ਦੀ ਅਤੇ ਸਾਡੀ ਸਰਕਾਰ ਦੀ ਪੋਲਿਸੀ ਕਰਕੇ ਹੈ। ਇਸ ਕਰਕੇ ਸਾਡਾ ਦੁਸ਼ਮਣ ਪਰਦੇ ਪਿੱਛੇ ਹੈ, ਉਹਦੇ ਨਾਲ ਲੜਨ ਦੀ ਤਿਆਰੀ ਕਰੋ। ਇੱਧਰ ਕਿਸੇ ਦੇ ਹੱਥ ਬਸ ਨਹੀਂ ਹੈ, ਇਹਦਾ ਭਾਂਡਾ ਕਿਸਾਨਾਂ ਸਿਰ ਨਾ ਭੰਨੋ। ਇਸ ਕਰਕੇ ਬੇਨਤੀ ਹੈ, ਕਿਸਾਨ ਵੀਰਾਂ ਨੂੰ ਫਿਰ ਬੇਨਤੀ ਹੈ ਕਿ ਮਜ਼ਦੂਰ ਸਾਡਾ ਹਿੱਸਾ ਨੇ, ਸਾਡੇ ਭਰਾ ਨੇ, ਉਹਨਾਂ ਨਾਲ ਜਿੰਨੀ ਹਮਦਰਦੀ ਨਾਲ ਤੁਸੀਂ ਉਹਨਾਂ ਦਾ ਪੱਠੇ ਤੱਥੇ ਦੀ ਮਦਦ ਕਰ ਸਕਦੇ ਹੋ ਉਹ ਮਦਦ ਦੇ ਵਿੱਚ ਆਓ। ਤੁਹਾਡਾ ਬਹੁਤ ਬਹੁਤ ਧੰਨਵਾਦ।